ਲਓ ਜੀ ਬਾਈ, ਪੰਜ ਬੰਦੇ ਚਿਮੜੇ ਵੇ ਟਰੈਕਟਰ ਨੂੰ ਕਹਿੰਦੇ ਕੰਮ ਨਿਬੇੜ ਕੇ ਭੇਜਣਾ ਘਰ ਨੂੰ ਫਟ ਦੀ ਫਟ। ਲੰਬਾ ਕਿੰਨਾ? ਨਾ ਨਾ, ਸਿਰੇ ਤੱਕ, ਮੋੜ ਤੱਕ ਅੱਗੇ, ਉਹ ਥੱਲੇ ਲਾਇਆ ਨਾ, ਥੱਲੇ ਵੀ ਲਾਇਆ। ਲੰਬਾ ਹੈਗਾ ਬਾਈ ਇਹ, ਸਾਢੇ ਛੱਬੀ, ਸਾਢੇ ਛੱਬੀ ਇੰਚ। ਪਿੱਛੇ ਦੇ ਲਾਈਨ ਤੇਰੇ ਬਰਾਬਰ ਸ਼ੋ ਦੇ। ਹਾਂ, ਇੱਥੇ ਦੇ ਲਾਈਨ ਦਾ ਇੱਥੇ ਦੇ ਬਾਈ ਹੈਗਾ 29 ਇੰਚ। ਕਿੰਨੇ ਇੰਚ ਹੈ? 27 ਇੰਚ ਹੈ ਜੂਗਾ ਆਪਣਾ। ਬਾਕੀ 27 ਇੰਚ ਬਾਈ ਵਿੱਚ ਵਿੱਚ ਲਾਉਣ ਦੀ ਸਲਾਹ ਵੀ, ਬਕਸਾ ਵਿੱਚ ਵਿੱਚ ਬਣਾ ਕੇ ਡਬਲ ਬੇਸ ਪੈ ਜਾਊਗੀ, ਫਿਰ ਉਹਦੇ ਪਰ ਡਾਊਨ ਸੀਲਿੰਗ ਵਧੀਆ ਹੋ ਜਾਂਦੀ। ਹਾਂ, ਬਕਸਾ ਕਿੱਡਾ ਕੁ ਚਾਹੀਦਾ? ਬੱਲੇ 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 ਬੱਲੇ, ਐਡਾ ਡੈੱਕ ਲਾਉਣਾ। ਹਾਂ ਲਓ ਜੀ ਬਾਈ, ਅਰਜਨ ਟ੍ਰੈਕਟਰ ਦਾ ਵੀ ਅੱਗੇ ਨੇ ਕੰਮ ਕਰਾਤਾ। ਹਾਂ, ਕਿਆ ਕਰਾਇਆ ਤਾ? ਸਪੈਂਡਰ ਖੁਸ਼ ਹੈ, ਆਹ ਹੋ ਗਏ ਰੇਡੀ, ਆਹ ਸਮਾਨ ਸਾਰਾ ਹੀ ਤਾਂ ਜੀ। ਪਰਚੀ ਪਰ ਖਰਚਾ ਛੇੜਦਾ ਜਗੇ ਤਾਂ ਜੇ ਕਿੱਥੇ ਲਾ ਤਰਾ ਭਾਈ ਆਉਂਦੀ ਸਾਰੇ ਕਹਿੰਦਾ ਮਿਸਤਰੀ ਕਹਿੰਦਾ ਗਿਰ ਸਕਦਾ ਤਾਂ ਹੈ। ਕਰਤਾ ਦਾ ਕੰਮ ਉਹੀ ਸੱਜ ਰਹੀ, ਕਿਉਂਕਿ ਬਾਈ ਉਹਦੇ ਪਰ ਲਾ ਤਰਾ ਜਿਹੜਾ ਬੇਟ ਜਿਹਾ ਟੰਗਿਆ ਪਿਆ ਮੇਨ ਪਰ, ਮਿਸਤਰੀ ਨੇ ਆ ਕੇ ਟਾਇਰ ਵੀ ਬਣਾਏ ਆ ਅਤੇ ਜੈੱਕ ਆਪਣੇ ਆਪ ਲਾਏ ਆ, ਕਿਉਂਕਿ ਵਿਹਲ ਹੈ ਨਹੀਂ ਸੀ ਜਿੰਨਾ ਟਾਈਮ ਹੈ, ਤੁਹਾਨੂੰ ਪਤਾ ਹੀ ਹੈ। ਫਿਰ ਮਿਸਤਰੀ ਪਰ ਟਾਈਮ ਜਿਹਾ ਜੱਗਾ ਕਹਿੰਦਾ ਮਾਪੇ ਖੋਲ ਲੈਣਾ ਨੇ, ਆਪੇ ਖੋਲਤਾ ਤਾ ਜਗੇ ਜੇ। ਦੋ ਫੁੱਟ ਟਾਇਰ ਤਾਂ ਬਹੁਤ ਕੰਮ ਖਰਾਬ ਕਰਦੇ ਹੋਣੇ ਆ, ਇੱਕ ਫੋਟੇ ਨਹੀਂ ਇੰਨਾ ਕਰਦਾ ਹੈ ਇਹ ਬਾਈ, ਜਿੰਨਾ ਚੌੜਾ ਟਾਇਰ ਹੈ ਇਹਨਾਂ ਨਾ, ਫਿਰ ਇਹਦਾ ਨੁਕਸਾਨ ਤਾਂ ਹੈਗਾ ਹੀ ਹੈ। ਦੋਹੇ ਖੋਲਦੇ ਬਾਈ ਗੋਡੇ ਹੀ ਆ, ਬਾਕੀ ਬਾਈ ਲਾਈਟ ਲਏ ਤੇ ਆ ਬੰਪਰ ਛੋਟਾ ਨਿਕਲ ਗਿਆ, ਨਵੇਂ ਟਰੈਕਟਰਾਂ ਦੇ ਬੜੇ ਇਹਦਾ ਛੋਟਾ ਨਿਕਲ ਗਿਆ, ਇਹ ਕਿਆ ਚੱਕਰ ਯਾਰ। ਲੈ ਬਾਈ ਮੁੰਡੇ ਨੇ ਚੰਗੀ ਤਰ੍ਹਾਂ ਸਾਫ ਕਰਕੇ ਬੈਰਿੰਗ ਕੱਢ ਕੇ, ਹੁਣ ਨਵੇਂ ਬੈਰਿੰਗ ਪੈਣੇ ਆ, ਪੁਰਾਣੇ ਬੈਰਿੰਗ ਕੱਢਤੇ ਤੇ ਨਵੇਂ ਪਾਉਂਗੇ ਹੁਣ ਬੈਰਿੰਗ, ਪੁਰਾਣੇ ਆ ਪਏ ਬਾਈ ਭੰਨ ਭੁੰਨ ਹੋ ਗਏ, ਉਹਦਾ ਲਿਫਾਫੇ ਦੇ ਵਿੱਚ ਰੱਖੇ ਵਿੱਚ ਦਿੱਤੀਆਂ ਨੇ, ਆਹ ਦੇਖੋ ਬਹਿ ਗਿਆ ਜੱਗੇ ਕੋਈ ਗੋਡਾ ਪਾਉਂਦੇ ਆ, ਲੱਗਿਆ ਵਾ ਫੋਰਮੈਨ ਪੈਣੀ ਵਾਲਾ, ਪੈਣੀ ਵਾਲਾ ਫੋਰਮੈਨ ਲੱਗਿਆ ਵਾ ਬਾਈ ਗੋਲਾ ਬਾਈ। ਲਓ ਜੀ ਬਾਈ, ਮਿਸਤਰੀ ਆ ਗਿਆ, ਬਹੁਤ ਟਾਈਮ ਬਾਅਦ ਆਇਆ ਅਤੇ ਹੁਣ ਲੱਗਿਆ ਕੰਮ ਜਿਹਾ, ਹੁਣ ਟਰੈਕਟਰ ਦਾ ਦੇ ਦੇ ਖੜ ਜਾ ਨਾ ਇਹ।
ਲਓ ਜੀ ਬਾਈ, ਅਰਜਨ ਵੈਲੀ ਦਾ ਵੀ ਡੈੱਕ ਚੱਲਦਾ ਕਰਾਉਣਾ। ਮਿਊਜ਼ਿਕ ਸਿਸਟਮ ਵਾਲੇ ਕੋਲ ਪਹੁੰਚੇ ਬਾਈ ਸ਼੍ਰੀ ਚਮਕੌਰ ਸਾਹਿਬ। ਮਿਊਜ਼ਿਕ ਸਿਸਟਮ ਦੀ ਬਾਈ ਸੈਟਿੰਗ ਹੋ ਰਹੀ ਆ, ਪਲੇਅਰ ਲਾਇਆ ਨਵਾਂ। ਇੱਧਰ ਰੋਡੀ ਬਾਈ। ਹਾਂ ਜੀ ਬਾਈ, ਕਿੱਦਾਂ ਭਗਤੋ? ਵਧੀਆ ਜੀ, ਕਿਆ ਹਾਲ ਹੈ? ਵਧੀਆ ਬਾਈ। ਇਹ ਬਾਈ ਅਲੋਪ ਹੋ ਜਾਂਦਾ, ਔਖਾ ਹੀ ਮਿਲਦਾ ਹੈ। ਇਹਨੂੰ ਖੇਤਾਂ ਕਨੀ ਗੇੜਾ ਮਰਾਉਣ ਲੈ ਕੇ ਆਏ ਆ। ਰੋਡੀ ਕਹੀ ਜਾਂਦਾ, ਕਹਿੰਦਾ ਹੁਣ ਟਰੈਕਟਰ ਨੂੰ ਕਰਾ ਲਾ ਕੁਛ, ਮੈਂ ਵਿਹਲਾ ਹੁੰਦਾ ਹੈ। ਕਿਆ ਕਰਾ ਲਈ? ਆਪਣਾ ਕੰਮ ਰਹਿੰਦਾ ਹਾਲੇ ਕਰਾਉਣੇ ਨੂੰ। ਦੱਸ ਕਿਹੜਾ ਰਹਿੰਦਾ? ਡੈੱਕ ਡੁੱਕ ਰਹਿੰਦਾ। ਲੈ ਡੈੱਕ ਦੇ ਮਗਰ ਪਿਆ ਪਿਆ, ਹਟਦਾ ਨਹੀਂ ਹੈਗਾ। ਡੈੱਕ ਬੜਾ ਲਵਾ ਕੇ ਹਟੂਗਾ। ਬੜਾ ਡੈੱਕ ਲਵਾਉਣਾ ਆਪਾਂ। ਛੋਟਾ ਛੋਟਾ ਡੈੱਕ ਵੀ ਦੇਖੂੰਗਾ ਜਾ ਕੇ ਆਉਂਗਾ। ਲੈਟਾ ਲੁੱਟਾ ਵੀ ਰਹਿ ਗਿਆ, ਲਾਉਣੇ ਪੈਣੇ ਲਿਆ ਕੇ ਰੱਖੇ ਆਵੀਆਂ ਬਾਈ। ਡੈੱਕ ਤੇ ਬਾਹਰ ਮੈਂ ਲਾਈਟਾਂ ਦੇਖੂੰਗਾ ਨਾ। ਡੈੱਕ ਤੇ ਬਾਹਰ, ਕਿਉਂਕਿ ਸਾਡੇ ਕੰਮ ਹਾਲੇ ਬਾਈ ਕਈ ਪੈਂਡਿੰਗ ਪਏ, ਉਹ ਵੀ ਕਰਨੇ ਆ। ਥੋੜੀ ਕਣਕ ਦੇਖ ਹੁਣ, ਸਾਡੀ ਘਰ ਵੱਢ ਹੋਊਗੀ। ਕਣਕ ਦਾ ਵੱਧ ਕੱਲ ਨੂੰ ਵੱਧ ਵੱਢ ਹੋਣੀ। ਲੈ ਹਾਂ ਲੈ, ਡਾਣ ਵਾਲਾ ਪੱਕਾ ਹੋ ਗਿਆ। ਕਿੱਥੇ ਪੱਕੇ ਆਵੇ? ਆ ਤਾਂ ਮੈਂ ਕਾਲੀ ਆਪਣੇ ਵਾਲੀ ਇੱਧਰ ਹੈ। ਵੈਸੇ ਬੱਲਾਂ ਤਾਂ ਮੁੜ ਗਈਆਂ ਨਾ, ਦੋ ਦਿਨ ਹੋਰ ਲੱਗ ਜੂਗੇ। ਉਦਾਂ ਦੇਖੋ ਬਾਈ, ਆਹ ਜਿਹੜੇ ਬਲ ਨਾ ਹੁਣ ਖੜੀ ਨਹੀਂ ਰਹੀ, ਮੁੜਨ ਲੱਗ ਗਈ। ਰੰਗ ਦੇ ਲਾ ਕਿਹੋ ਜਿਹਾ ਹੋਇਆ ਪਾ, ਸੋਨੇ ਰੰਗਾ ਹੈ ਦਾਣਾ ਦੂਣਾ ਵਿੱਚ ਹੈਗਾ ਪੱਕਾ ਬਾਈ। ਹਾਂ ਦਾਣਾ ਤਾਂ ਦਸ ਚੱਬ ਵੀ ਨਹੀਂ ਹੁੰਦਾ, ਇੰਨਾ ਕੈੜਾ ਹੈ ਬਾਈ। ਇੱਕ ਦੇਖਿਆ ਮੈਂ ਵੀ ਹੁਣ ਚੱਬ ਕੇ ਦੇਖਿਆ, ਇਹ ਤਾਂ ਆ ਗਈ ਆ ਗਈ, ਦੋ ਦਿਨ ਹੋਰ ਚੱਲ ਹੋ ਗਈ। ਕਮੈਨ ਲਾ ਲਈ ਕਹਿ ਦੀਏ ਫਿਰ? ਕਹਿ ਦੇ ਹਾਂ, ਆ ਰਹਿੰਦੇ ਯਾਰ ਵਿੱਚ ਵਿੱਚ। ਸਾਰੇ ਤੁਹਾਡੀ ਨਵੇਂ ਟਰੈਕਟਰ ਦਾ ਉਦਘਾਟਨ ਹੋ ਜੂਗਾ? ਹੋਵੇ ਨਾ, ਨਵੇਂ ਟਰੈਕਟਰ ਵਾ ਕਹਿੰਦੇ, ਕਣਕ ਵੱਢਣੀ ਅਰਗੀ ਹੈ ਇੱਥੇ, ਪਤਾ ਲੱਗਣਾ ਉਹਦਾ। ਬਾਅਦ ਮੈਂ ਬਾਈ ਬਾਬੂ ਕੇ ਵੀ ਦੇਖਣਾ, ਚੈੱਕ ਕਰਨਾ ਜਿਹੜਾ ਅਸੀਂ ਸਾਰਾ ਚੈੱਕ ਇੱਥੇ ਹੀ ਹੋਣਾ। ਬਾਕੀ ਕਣਕ ਹੈ ਇਹ ਬਹੁਤ, ਆ ਦੇਖੋ ਹੇਠਾਂ ਬੱਲਾਂ ਕਿੰਨੀਆਂ, ਰੋਟੀ ਸਾਰੀਆਂ ਹਰੀਆਂ ਪਈਆਂ। ਇਹ ਕਿੱਦਾਂ ਦਾ ਬੀਜ ਹੈ? ਸਾਈਡ ਸਾਈਡ ਪਰ ਕੇ ਵਿੱਚ ਵੀ ਹੈ, ਵਿੱਚ ਵੀ ਹੈਗਾ ਕਿਤੇ ਕਿਤੇ। ਤਿੰਨ ਤਿੰਨ ਕਢਾਉਣੀ ਪੈਣੀ ਹੋਣਾ, ਮੈਂ ਤਾਂ ਕਹਿੰਦਾ ਹਫ਼ਤਾ ਕਢਾਉਣੀ ਪੈਣੀ ਹੈ। ਹਫ਼ਤਾ? ਕਿਉਂਕਿ ਜਿਹੜੀ ਵਿੱਚ ਬੱਲ ਉਹਨੂੰ ਧੁੱਪ ਪੈ ਨਹੀਂ ਰਹੀ ਹਾਲੇ। ਹਾਂ ਇਹ ਵੀ ਚੱਕਰ ਹੈ। ਬਾਕੀ ਬਾਈ ਕੁਦਰਤੀ ਉਹ ਨਾ, ਇਹ ਵਿਸਾਖੀ ਤੋਂ ਬਾਅਦ ਆਟੋਮੈਟਿਕ ਪੱਕ ਜਾਂਦੀ ਆ, ਬਸ ਫਿਰ ਦੇਖੋ ਦੇਖੀ ਵਢਾ ਹੋਈ ਜਾਂਦੀ ਆ, ਹਾਲੇ ਵਢਾਈ ਸ਼ੁਰੂ ਵੀ ਨਹੀਂ ਹੋਈ ਹੈਗੀ। ਵੱਢੀ ਕਿਸੇ ਪਾਸੇ? ਨਹੀਂ ਬਾਈ, ਆਪਣੇ ਏਰੀਏ ਮਤਾਂ ਨਹੀਂ ਵੱਢੀ, ਆਪਣੇ ਏਰੀਏ 'ਚ ਨਹੀਂ ਵੱਢ ਹੋਈ, ਹੋਰ ਪਾਸੇ ਵੱਢ ਹੋਈ ਹੈ। ਸਦੋਂ ਹੀ ਵੱਢ ਹੁੰਦੀ ਹੈ। ਹੈਂ? ਸਦੋਂ ਵੱਢ ਹੁੰਦੀ ਹੈ ਲਟੋਂ? ਸਦੋਂ ਹੀ ਵੱਢ ਹੁੰਦੀਆਂ। ਬਾਕੀ ਆਹ ਲਸਣ ਲੁਸਣ ਬਾਈ ਪੱਟ ਹੋਏ ਜਿਹੜੇ ਆ ਲਾਏ ਵੇ, ਤੇ ਇਹਦਾ ਕੰਮ ਕਰਿਆ। ਹੈਂ? ਰਿਕਾਰਡ ਕਰਤਾ ਇਹਦਾ ਜੀ। ਥੋੜ੍ਹੀ ਬਾਈ ਜੇ ਤੁਹਾਨੂੰ ਗੁੱਲੀ ਡੰਡੇ ਦਾ ਬੀਜ ਚਾਹੀਦਾ ਹੈ, ਤੁਸੀਂ ਰੋਟੀ ਰੋਟੀ ਬਣਾ ਕੇ ਖਾਣੀ ਹੈ, ਤਾਂ ਹੁਣ ਤੁਹਾਨੂੰ ਵੱਢ ਕੇ ਦੇਣ ਦਾ ਦੇਖ ਲੈ ਇੱਧਰ ਹੈਗਾ ਮੈਂ ਕਹਿੰਦਾ ਦੇ। ਬਹੁਤ ਜ਼ਿਆਦਾ ਬਾਈ। ਹਾਂ ਬਹੁਤ। ਕਿੰਨਾ ਕੁ? ਜਿੰਨੀ ਕਣਕ ਉਨਾ ਹੀ ਗੁੱਲੀ ਡੰਡਾ? ਬੱਲੇ ਬੱਲੇ ਬਾਈ, ਨਿਹਰਾ ਗੁੱਲੀ ਡੰਡਾ ਹੈ, ਬਹੁਤ ਜ਼ਿਆਦਾ ਹੈ। ਹੋਰ ਤਾਂ ਇਹਦਾ ਨੁਕਸਾਨ ਤਾਂ ਕੁਛ ਨਹੀਂ, ਵੀ ਆਏ ਹਾਂ ਜੇ ਹਨੇਰੀ ਨੂੰਰੀ ਆ ਜਾਵੇ ਬਾਈ, ਕਣਕ ਲੰਬੀ ਪਾ ਦਿੰਦੇ ਆ, ਟੁੱਕਣ ਲੱਗੇ ਚੀੜਾ ਬਹੁਤ ਹੁੰਦਾ ਇਹ, ਭੜੰਬੇ ਦੀ ਬਸ ਕਰਾ ਦਿੰਦਾ ਬਾਈ ਇਹ। ਬਾਕੀ ਹੁਣ ਬੀਜ ਝੜ ਕੇ ਖੇਤ ਮਾਂ ਵਿਗਰਨਾ ਹੈ। ਬਾਕੀ ਹੁਣ ਚੱਲਦੇ ਘਰ ਨੂੰ ਬਾਈ, ਉਹ ਰੋਡੀ ਨੂੰ ਵੀ ਦਿਖਾਏ ਦੇਣਾ ਵੀ ਕਿੱਡਾ ਕਿੱਡਾ ਕਲਾਉਣਾ, ਹੁਣ ਇਹ ਦੱਸਦੇ ਫੀਤਾ ਲਿਆ, ਫੀਤੇ ਨਾਲ ਮਿਣ ਕੇ ਦੱਸਦੇ, ਫਿਰ ਨਾ ਮੈਨੂੰ ਕੱਲੂ ਕੋਈ ਛੋਟਾ ਬੜਾ। ਮੈਂ ਰੰਗ ਵੀ ਦੇਖਣਾ, ਮੈਂ ਕਿਹੋ ਜਿਹਾ ਰੰਗ ਹੋਇਆ ਦੇਖਿਆ ਨੀ ਰੰਗ, ਨਾਲੇ ਇਹਨੂੰ ਰੰਗ ਰੋਗ ਚੈੱਕ ਕਰਾ ਦਿੰਦੇ, ਨਾਲੇ ਦੇਖ ਲੈਂਦੇ ਕਿਆ ਸਿਸਟਮ ਹੈ। ਚੱਲੀਏ ਚਲੋ ਕਰ। ਬਾਕੀ ਬਾਈ ਖੇਤ ਕਹਿੰਦੀ ਮੈਂ ਵੀ ਕਾਫੀ ਦਿਨ ਬਾਅਦ ਗੇੜਾ ਮਾਰਿਆ, ਕਣਕਾਂ ਤਾਂ ਐਨ ਗੋਲਡ ਹੋ ਗਈਆਂ।
ਮੈਂ ਸਮਝ ਲਓ 10 ਦਿਨ ਦੇ ਵਿੱਚ ਇਹਨਾਂ ਦਾ ਕੰਮ ਜਿਹਾ ਹੋ ਜਾਣਾ। 10 ਦਿਨ ਦੇ ਵਿੱਚ ਸਾਨੂੰ ਏਰੀਆ ਸਾਰੇ ਵੱਢਿਆ ਪਾ ਮਿਲਣਾ ਹੈ। ਇੱਕ ਵਾਰ ਕੰਬਾਈਨ ਆਉਣੀ ਹੈ, ਏਰੀਆ ਦਾ ਏਰੀਆ ਖਤਮ ਕਰਕੇ ਲੰਘ ਜਾਣਾ ਉਹਨੇ। ਚੱਲੀਏ, ਚਲੋ ਬਾਈ ਚੱਲੀਏ ਫਿਰ। ਬਾਕੀ ਹਲੇ ਕੰਮ ਖੁੱਲ੍ਹਿਆ ਨਹੀਂ ਹੈਗਾ, ਡਾਉਣੇ ਹਲੇ ਕਣਕ ਵਾਲਾ, ਕਿਉਂਕਿ ਹਲੇ ਪੱਕ ਨਹੀਂ ਰਹੀਆਂ। ਪੂਰੀ ਵੱਲ ਪੱਕ ਵੀ ਗਈ, ਵਿੱਚ ਵੀ ਜਿਹੜੀ ਹਰੀ ਵੱਲ ਹੈ ਉਹਨੇ ਕੰਮ ਖਰਾਬ ਕਰਿਆ ਵੇ। ਰਸਤਾ ਦੇਖ ਲਓ ਬਾਈ, ਬਰਸੀਨ ਬਹੁਤ ਬੜਾ ਹੋਇਆ, ਲਾਗ ਲੱਗ ਜਿੱਥੇ ਲੰਘਦੇ ਇੱਕ ਸਾਈਡ ਕਣਕ ਹੋਈ ਵੀ ਹੈ। ਲਓ ਜੀ ਬਾਈ, ਘਰ ਪਹੁੰਚ ਗਏ ਟਰੈਕਟਰ ਕੋਲ। ਹਾਂ ਠੀਕ ਆ ਰੰਗ ਬਾਈ, ਜੱਜਦਾ ਇਹ ਰੋਟੀ ਟੂਕੇ ਰੰਗ ਹੁੰਦਾ, ਹਲਦਾ ਗਰਦਾ ਪੈ ਗਿਆ ਉੱਪਰ, ਉੱਦਾਂ ਸਾਫ਼ ਬਹੁਤ ਰਹੇ। ਹਾਂ ਸਾਫ਼ ਪਿਆ ਦੇ ਰਹੇ ਗਰਦਾ ਬਾਈ, ਘਰ ਖੜੀ ਚੀਜ਼ ਪਾ ਗਰਦਾ ਪਾ ਪੈਂਦਾ ਦੇਖ ਲਓ। ਲਾਇਆ ਨਹੀਂ ਨਾ ਹੁਣ ਕਈ ਦਿਨ ਹੋ ਗਏ, ਤਾਂ ਕਰਕੇ ਗਰਦਾ ਪੈਂਦਾ। ਬਾਕੀ ਬਾਈ ਬਾਕੀ ਪੀਤੇ ਕੇ ਮਿਣਕੇ ਦਿਖਾਉਂਦੇ ਸਾਨੂੰ ਬਾਈ, ਕਿੰਨਾ ਹੀ ਮਿਣਿਆ ਨਹੀਂ ਹੈਗਾ। ਹਾਂ ਜੇ ਜਿਹੜਾ ਰੋਟੀ ਬੰਦ ਕਰੋ ਜੀ, ਲੈ ਰੋਟੀ ਮਿਣ ਕੇ ਦਿਖਾ ਦੇ ਕਿੰਨਾ। ਆ ਚੌੜਾ ਵੀ ਮਿਣੂਗਾ ਕਿੰਨਾ, ਇਹ ਹੈਗਾ 35 ਇੰਚ। ਹਾਂ ਐਂ ਲੰਬਾ ਦੇ ਕਿੰਨਾ, ਹਾਂ ਲੰਬਾ ਕਿੰਨਾ, ਨਾ ਨਾ ਸਿਰੇ ਤੱਕ ਮੋੜ ਤੱਕ, ਅੱਗੇ ਉਹ ਥੱਲੇ ਲਾਇਆ ਨਾ ਲੰਬਾ ਹੈਗਾ ਬਾਈ, ਇਹ 26.5 26.5 ਇੰਚ ਪਿੱਛੇ ਦੇ ਲਾਈਨ ਤੇਰੇ ਬਰਾਬਰ ਸ਼ੋਅ ਦੇ। ਹਾਂ ਇੱਥੇ ਦੇ ਲਾਈਨ ਦਾ, ਇੱਥੇ ਦੇ ਬਾਈ ਹੈਗਾ 29 ਇੰਚ ਉਹਦੇ ਬਰਾਬਰ, ਅਤੇ ਉੱਦਾਂ 27 ਇੰਚ ਬੰਪਰ ਲੰਬਾ ਹੈ। ਚੱਲ ਹੁਣ ਡੈੱਕ ਦੇਖੀ ਬਾਈ, ਜਿਹੜਾ ਡੈੱਕ ਹੈ ਨਾ, ਡੈੱਕ ਜੂ ਪੈਪ ਦੇ ਵਿੱਚ ਵਿੱਚ ਲਾਉਣ ਦੀ ਸਲਾਹ ਹੈ। ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਐਂ ਪਿੱਛੇ ਨੂੰ ਵਧੀਆ ਲੱਗਦਾ ਜਾਂ ਵਿੱਚ ਵਿੱਚ ਲਾਈਏ। ਕਿੰਨੇ ਇੰਚ ਆ ਵਿੱਚ ਵਿੱਚ? ਉਹ ਵਿੱਚ ਵਿੱਚ ਲਾ, ਉੱਥੇ ਵਿੱਚ ਤੇ ਸ਼ੁਰੂ। ਹਾਂ ਕਿੰਨੇ ਇੰਚ ਹੈ? 27 ਇੰਚ ਹੈ ਜੂ ਪੈਪ ਨਾ ਆਪਣਾ। ਬਾਕੀ 27 ਇੰਚ ਬਾਈ ਵਿੱਚ ਵਿੱਚ ਲਾਉਣ ਦੀ ਸਲਾਹ ਹੈ ਵੀ, ਬਕਸਾ ਵਿੱਚ ਵਿੱਚ ਬਣਾ ਕੇ ਡਬਲ ਬੇਸ ਪੈ ਜਾਊਗੀ, ਫਿਰ ਉਹਦੇ ਪਰ ਡਾਊਨ ਸੀਲਿੰਗ ਵਧੀਆ ਹੋ ਜਾਂਦੀ। ਹਾਂ ਬਕਸਾ ਕਿੱਡਾ ਕੁ ਚਾਹੀਦਾ? ਬੱਲੇ 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 ਬੱਲੇ, ਐਡਾ ਡੈੱਕ ਲਾਉਣਾ, ਪਿੱਛੇ ਵੀ ਦੇਖਣਾ ਚਾਹੀਦਾ। ਕਿਉਂਕਿ ਬਾਈ ਫਿਰ ਜਿਹੜੀ ਛਤਰੀ ਦੇ ਥੱਲੇ ਆ ਕੋਈ ਫੋਟੋ ਫੋਟੋ ਲੱਗਦੀ, ਬਾਬਾ ਜੀ ਡਾਊਨ ਸੀਲਿੰਗ ਹੋ ਜਾਂਦੀ, ਫਿਰ ਬਕਸਾ ਪਿੱਛੇ ਸੋਹਣਾ ਲੱਗਦਾ ਹੈ। ਇਹ ਹੁਣ ਬਾਹਰ ਨਿਕਲਿਆ ਪਿਆ ਨਹੀਂ, ਇਹਦੇ ਵਿੱਚ ਵਿੱਚ ਬਣ ਜਾਂਦਾ ਬਾਈ, ਤੁਸੀਂ ਦੇਖਿਆ ਹੋਣਾ ਕਈ ਟਰੈਕਟਰਾਂ ਪਰ। ਹਾਂ ਉਹ ਤਾਂ ਫੋਟੋ ਲੱਗ ਜਾਣੀ, ਤੁਹਾਡੀ ਬਾਹ ਕੇ ਦੇਖਿਆ ਨਹੀਂ, ਕੁਛ ਚਲਾ ਕੇ ਦੇਖਿਆ ਨਹੀਂ, ਹਲੇ ਪੈਸੇ ਲਾਈ ਜਾਂਦੇ, ਹਲੇ ਡੈਮੋ ਕਰਨੀ ਬਾਈ, ਖੇਤ ਮੈਂ ਛੱਡ ਕੇ ਦੇਖਣਾ ਹੈ ਵੀ ਜੋ 14 ਦੇ ਟਾਇਰ ਪਾਏ ਆ ਕਿੰਨਾ ਕੁ ਦੱਬਦਾ, ਕਿਆ ਚੱਕਰ, ਕਿੰਨੀ ਕੁ ਜਾਨ ਆ, ਹਲੇ ਟਰਬ ਲੋਡ ਹੈਗੀ ਜਾਂ ਇੱਦਾਂ ਹੀ ਚੱਲੂਗਾ, ਅਤੇ ਖੇਤ ਮੈਂ ਵਾਹ ਕੇ ਪਤਾ ਲੱਗੂਗਾ। ਹੈਂ ਜਾਨ ਦਾ। ਬਾਕੀ ਬਾਈ ਜਿਹੜਾ ਬੰਪਰ ਇਹ ਕਟਿੰਗ ਵਾਲੀ ਆਉਂਦਾ ਇੱਦਾਂ ਦਾ, ਇਹ ਤਾਂ ਇੰਨਾ ਮੁੜਮਾ ਜਿਹਾ ਕਿਉਂਕਿ ਇਹਦੀ ਬਾਈ ਸ਼ੋਅ ਹੈ ਨਾ ਜਿਹੜੀ ਮੂਹਰੇ ਨੂੰ ਖੁੱਲਦੀ ਹੈ, ਮੂਹਰੇ ਨੂੰ ਖੁੱਲਣੇ ਕਰਕੇ ਤਾਂ ਇੱਧਰ ਲੱਗਦਾ ਇਹ ਆ ਕਟਿੰਗ ਕੁਟਿੰਗ ਦੀ। ਹੈਂ ਇਹਦੇ ਪਰ ਸਟਿੱਕਰ ਸਟੁੱਕਰ ਲਵਾ ਕੇ ਲਿਆਉਂਗੇ ਬਾਈ, ਜਾਂ ਕੋਈ ਗੋਤ ਵਗੈਰਾ ਲਿਖਾ ਕੇ ਲਿਆਉਂਗੇ, ਇਹਦੇ ਕੰਨੀ ਹਾਲੇ ਟਾਈਮ ਨਹੀਂ ਲੱਗਦਾ, ਵਿਹਲੇ ਜਾਊਂਗੇ ਨਾ ਜਿੱਦਣ ਉੱਦਣ ਇਹਦਾ ਕੰਮ ਕਰਾ ਕੇ ਲਿਆਉਣਾ ਹੈ, ਕਰਾ ਲੈਣਾ ਇਹਦਾ ਹੌਲੀ ਹੌਲੀ ਜੀ, ਜਿੱਦਣ ਵਿਹਲੇ ਜਿਹੇ ਹੋਏ ਵਿਹਲੇ ਕਰਾ ਲਿਆਉਂਗੇ। ਹਾਲ ਤਾਂ ਪੇਂਟ ਇਹ ਹੋਇਆ, ਪੇਂਟ ਇਹ ਹੋਇਆ, ਦੇਖੋ ਬਾਈ ਪੇਂਟ ਦਾਣੇ ਵਾਲਾ ਇਹ ਕੰਮ ਕਰਿਆ, ਦੇਖੋ ਵਿੱਚ ਵਿੱਚ
ਬਰਗਰ ਬੁਰਗਰ ਖਾ ਲਏ ਤੇ ਓਦਾਂ ਵੀ ਲੰਬਾ ਟਾਈਮ ਲੱਗਦਾ ਹੈ ਵੀ ਜਿਹੜੇ ਬੰਦੇ ਨੇ ਨਾਲ ਜਾਣਾ ਉਹਨੂੰ ਦੱਸ ਦੇਵੇ ਵੀ ਪੂਰੀ ਤਸੱਲੀ ਹੋਣੀ ਹੈ ਨਹੀਂ ਚੱਲ ਹਾਂ ਨਾ ਟਾਈਮ ਤਾਂ ਲੱਗਦਾ ਹੀ ਹੈ ਬਾਕੀ ਬਾਈ ਨੱਟ ਨੁੱਟ ਵੀ ਐਨ ਕਾਲੇ ਕਰਤੇ ਆ ਸਾਰਾ ਕੁਛ ਓਕੇ ਰਿਪੋਰਟ ਆ ਹੁਣ ਪੱਖੇ ਦੇ ਬਰਾਬਰ ਪਹੁੰਚ ਗਈ ਛਤਰੀ ਬਾਈ ਦੇਖੋ ਥੋੜ੍ਹਾ ਹੀ ਫਰਕ ਹੈ ਹੁਣ ਤਾਂ ਕਣਕ ਵੱਢ ਹੋਵੇ ਖੇਤ ਖੂਤ ਵਾਹੀਏ ਗੇੜਾ ਲਾਈਏ ਕਿ ਨਹੀਂ ਮੰਡੀ ਦਾ ਲਾਈਏ ਚੱਲ ਆ ਜਾਂਦਾ ਚੱਲੀਏ ਬਾਕੀ ਵਾਰੀ ਮੌਸਮ ਵਧੀਆ ਫੁੱਲ ਧੁੱਪ ਹੁੰਦੀ ਹੁਣ ਲਓ ਜੀ ਬਾਈ ਕਮਰੇ ਦੇ ਅੰਦਰ ਬੈਠੇ ਆ ਹੁਣ ਵੀ ਸਾਰੇ ਰੋਟੀ ਨੇ ਇੱਕ ਗੱਲ ਕਹੀ ਹੈ ਕਹਿੰਦਾ ਠੰਡਾ ਬਹੁਤ ਹੈ ਦੇਖੀ ਕਿਤੇ ਬਰਫ਼ ਟੰਗੀ ਵੀ ਉੱਪਰ ਸੀ ਠੰਡਾ ਫਰਕ ਹੈ ਲੈਂਟਰ ਕਰਕੇ ਸਾਡਾ ਲੈਂਟਰ ਉੱਚਾ ਨਾ ਤਾਂ ਕਰਕੇ ਆ ਕਿਆ ਲੈਂਟਰ ਉੱਚਾ ਵੀ ਲੈਂਟਰ ਨੀਮਾ ਨਹੀਂ ਨਾ ਹੈਗਾ ਉੱਚਾ ਜਾਂਦਾ ਉੱਪਰ ਚਵਾਰੇ ਹੈ ਤਾਂ ਠੰਡਾ ਹੈ ਹਾਂ ਚਵਾਰੇ ਵੀ ਠੀਕ ਹੈ ਪੈਲ ਵੀ ਲੱਗੀ ਹੋਈ ਹੈ ਹਾਂ ਪੈਲ ਕਿਉਂਕਿ ਬਾਈ ਗਰਮੀ ਹੋ ਗਈ ਹੁਣ ਪੱਖੇ ਤਕਰੀਬਨ ਸਾਰਿਆਂ ਦੇ ਚੱਲ ਪਏ ਅਤੇ ਲਾਈਟ ਵੀ ਭੱਜੀ ਵੀ ਬਾਈ ਆ ਟਾਈਮ ਇਹਦਾ ਇਨਵੇਟਰ ਕੰਮ ਕਰ ਲੈਂਦਾ ਹੈਗੀ ਲਾਈਟ ਤਕਰੀਬਨ ਜਦ ਦੀ ਬਾਈ ਭਗਵੰਤ ਮਾਨ ਸਰਕਾਰ ਆਈ ਹੈ ਜਦ ਦੀ ਥੋੜੀ ਲਾਈਟ ਘੱਟ ਭੱਜੀ ਹੈ ਪਹਿਲਾਂ ਬਹੁਤ ਭੱਜੀ ਕਰਦੀ ਸੀ ਹੁਣ ਤਾਂ ਨੀ ਭੱਜੀ ਨੀ ਹੁਣ ਦਿਨ ਚ ਕਿੰਨੀ ਗਰਮੀ ਦਿਨ ਮਾ ਤਾਂ ਬਹੁਤ ਜ਼ਿਆਦਾ ਗਰਮੀ ਪਲ ਤਾਂ ਬਾਈ ਅੱਗੇ ਲੋਕ ਹੱਥਾਂ ਗਿਲ ਵਢਾਈ ਕਰੇ ਕਰਦੇ ਨੇ ਹੁਣ ਤਾਂ ਬਹੁਤ ਘੱਟ ਵੱਧਦੇ ਆ ਹੁਣ ਤਕਰੀਬਨ ਬਈ ਰਹਿ ਗਏ ਬਾਈ ਜਾਂ ਮਸ਼ੀਨ ਰਹਿ ਗਈ ਲੇਬਰ ਵਾਲਾ ਕੰਮ ਚੱਕਰ ਕੀਤਾ ਇੱਥੇ ਵੱਡੀ ਰੋਟੀ ਕਰੇ ਇੱਕ ਵੱਡੀ ਕਣਕ ਵੱਡੀ ਹੈ ਵੱਡੀ ਹੈ ਵੱਡੀ ਹੈ ਜ਼ੋਰ ਲੱਗਦਾ ਜ਼ੋਰ ਬਹੁਤ ਲੱਗਦਾ ਗਰਮੀ ਬਹੁਤ ਕੰਡ ਵੀ ਬਹੁਤ ਲੜਦੀ ਹੈ ਕੰਡ ਤੂੜੀ ਬਹੁਤ ਹੋਈ ਬਾਈ ਅਸੀਂ ਰਾਤ ਨੂੰ ਢੋਏ ਕਰਦੇ ਰਹੇ ਬਾਈ ਤੂੜੀ ਪਹਿਲਾਂ ਦਿਨ ਮਾ ਢੋਏ ਕਰਦੇ ਰਹੇ ਰੇੜੇ ਪਰ ਤੇ ਰਾਤ ਨੂੰ ਵੀ ਢੋਈ ਅਸੀਂ ਰਾਤ ਨੂੰ ਆਏ ਬਈ ਗਰਦਾ ਨਹੀਂ ਸ਼ੋ ਹੁੰਦਾ ਪਰ ਰਾਤ ਨੂੰ ਮੱਛਰ ਖਾਂਦਾ ਹੈ ਰਾਤ ਨੂੰ ਮੱਛਰ ਖਾਂਦਾ ਦਿਨ ਵੀ ਮੱਛਰ ਖਾਂਦਾ ਨਹੀਂ ਲੱਗਦਾ ਵੀ ਢੇਰੀ ਗਈ ਤੇ ਗਈ ਕਿੱਥੇ ਰਾਤ ਰਾਤ ਗਾਇਬ ਕਰ ਦਿੰਦੇ ਰਾਤ ਹੀ ਕਰ ਦਿੰਦੇ ਬਈ ਦੋ ਕਿੱਲਿਆਂ ਦੀ ਤੂੜੀ ਹੁੰਦੀ ਸੀ ਅਸੀਂ ਰਾਤ ਰਾਤ ਇੰਨੀ ਦੁੱਧ ਮਾਰਦੇ ਤੇ ਵੀ ਦਿਨ ਚੜ੍ਹਦੇ ਨੂੰ ਗਾਇਬ ਕਰ ਦਿੰਦੇ ਖੇਤ ਅਗਲਾ ਵੀ ਦੇਖਦਾ ਤਾ ਵੀ ਕਿਹੜੇ ਟਾਈਮ ਲੱਗੇ ਕਿਹੜੇ ਟਾਈਮ ਹਟ ਗਏ ਤੂੜੀ ਤਾਂ ਹੈ ਨੀ ਕੱਲ੍ਹ ਤਾਂ ਤੂੜੀ ਪਈ ਦੀ ਅਡਵਾਂਸ ਚੱਲਦੇ ਤੇ